अज का ब्लॉग होने वाला बहुत ही खास खास कि होने वाला है। खड़ दौ हले थोड़ा जा दस दिन ब्लॉग कि खास होने वाला है। अज मिलना नवप्रीत को सरप्राइज, ना ही नवप्रीत को पता है ना ही किसी होर पता है। थोड़े लिए मैं वीडियो स्टार्ट करती है तो हम नाले करते हैं अज का ब्लॉग स्टार्ट, नाले बुलाने नवप्रीत को। नवप्रीत करते हैं जी अज का ब्लॉग स्टार्ट। सत श्री अकाल जी, की हाल चाल है? उम्मीद करते सारे ठीक ठाक होवोंगे, अपने अपने घर सेफ तो अपने घैट होवोंगे सारे। गर्मियाँ दोबारे हो गई बहुत ज़्यादा गर्मी, तो अज संडे है, आप दोबारे फिर क्विक रेडी हो गए बैठे बैठे भी चलो आप चलते हैं। छेती नबेड़े तो फिर घूम का प्लैन बना लिया, तो आप रेडी है। टाइम 11 बज गए वैसे वैसे ही क्विक बैठे थे। मैं नवप्रीत को कहा भी चल रेडी हो, तुम घुमा के लेके आवा, कितने जाना हाले कोई नहीं पता, तो अगर जाके देखते हैं कितने जाने की करते हैं। आओ चलिए। अपना ड्राइवर पहला नालों काफ़ी हो गया कैम, हूँ गड्डी अपने आप चला लग गया। चलो चलो हाँ जी चलिए जी। हाँ जी हाँ जी। कैम पूरे पूरे रेडी फिर गो, चलो जी चलिए। अज साडे नाल दो मेंबर होर चंडीगढ़ घूमण चले हैं, तुहानू दिखाउने हैं। आ फिरदा इक दा देखो शीशे दे बाहर, इक इधर शीशे दे बैठा है। ये मैनू लगता इंजन च बढ़ गए सीगे, हो गया हुण इंजन गर्म ते हुण निकला ये बाहर। मेरे तां अंदर तां नहीं आ जांदे पैरां कोल, नहीं आउंदे अंदर पैरां कोल, डरदी कदे है। मैनू बहुत डर लगदा शौकियां ते। आ दो मेंबर अज असीं चंडीगढ़ घुमा के लियाउणे हैं। डरपोक नेरे तो डरी जाने, छिपकली खिला लेंगे कोई गल नहीं, देखते अगे जाके। देखो किन्ना सोहना है, एन बदल पूरा क्रिस्टल क्लियर होया वा, ना शिमले ना किते होर, तनु हुण रोज घमाउणी हो जाणा है। देख लो इन्ना घमाउणा फिर भी नहीं रजदी। सो अपने घर तो 15 तो 17 मिंट 20 मिंट हद लगदे आ जी चंडीगढ़ च एंट्री करने लई। सो आपां हुण पहुंच गए चंडीगढ़ माली फेस क्रॉस कर लगे हां, लग जांदा ता पर हुण जदों दा पुल बणिया पुल दे फुल नजारे आ जी। ओ जी तुहानू कहा सीगा दोनों नू चंडीगढ़ ले आए, हुण इन्हां नू थारदे आ इत्थे अज चंडीगढ़ छड्ड के जांदे आ। ਗੱਡੀ ਦਾ ਪੋਲੂਸ਼ਨ ਕਰਨ ਸੀ ਜਾਂ ਪੋਲੂਸ਼ਨ ਕਰਾਉਣਾ? ਸੋ ਲੋ ਜੀ ਪੋਲੂਸ਼ਨ ਆਪਾਂ ਕਰਾ ਲਿਆ ਗੱਡੀ ਦਾ, ਤੇ ਸੋ ਡਰਾਈਵਰ ਆਪਾਂ ਕਰਤਾ ਜੀ ਚੇਂਜ, ਬਿਕੋਜ਼ ਚੰਡੀਗੜ੍ਹ ਦੇ ਵਿੱਚ ਫਿਰ ਤੁਹਾਨੂੰ ਪਤਾ ਜੇ ਮਾੜਾ ਜਿਹਾ ਵੀ ਹੋਵੇ ਕੁਝ ਫਿਰ ਚਲੇ ਸਾਲੇ ਚਲਾਨ ਕੱਢ ਦਿੰਦੇ ਆ ਫੋਨ। ਸੋ ਅਸੀਂ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ, ਤੇ ਹੋਰ ਦੇਖੋ ਜਨਾਬ ਆਪਣਾ ਪਰਸ ਘਰ ਭੁੱਲਿਆ ਏ। ਕੋਈ ਗੱਲ ਨਹੀਂ, ਫੋਨ 'ਚ ਸਾਰਾ ਕੁਝ ਆ ਗਿਆ, ਟੈਨਸ਼ਨ ਲੈਣੀ ਤੁਸੀਂ ਦੇਖ ਲਓ। ਅੱਜ ਪਹਿਲਾਂ ਮੈਂ ਤਿਆਰ ਹੋ ਗਈ, ਫਿਰ ਇੰਨਾ ਟਾਈਮ ਲਾਇਆ ਤਿਆਰ ਹੋਣ ਨੂੰ, ਹਰ ਵਾਰ ਕਹਿੰਦੇ ਹੁੰਨੇ ਆ ਮੈਨੂੰ ਪਰ ਇਸ ਵਾਰ ਮੈਂ ਪਹਿਲਾਂ ਤਿਆਰ ਹੋ ਕੇ ਬੈਠੀ ਰਹੀ, ਆਪਣਾ ਪਰਸ ਤੱਕ ਨਹੀਂ ਲੈ ਕੇ ਆਏ। ਮੈਂ ਫੜਾਦਾ ਫੜਾਦਾ ਜਿਹੜੀ ਚੀਜ਼ ਮੈਂ ਛੱਡਦਾ ਛੱਡਦਾ। ਠੀਕ ਹੈ ਜੀ, ਅੱਜ ਤੁਹਾਡਾ ਟਾਈਮ ਹੈ ਤੁਸੀਂ ਬੋਲ ਸਕਦੇ ਹੋ। ਸੋ ਮਿਲਦੇ ਆ ਤੁਹਾਨੂੰ ਥੋੜੇ ਟਾਈਮ ਤੱਕ, ਚਲੀ ਸ਼ੋ ਜਨਾਬ 34 ਸੈਕਟਰ ਆ ਗਏ, ਇੱਥੇ ਹੈ ਤਾਂ ਹੈ ਨਹੀਂ ਕੁਛ, ਪਤਾ ਨਹੀਂ ਇੱਥੇ ਦਾ ਇੰਸਟੀਚਿਊਟ ਵਗੈਰਾ ਕਿਤੇ ਮੈਨੂੰ ਪੜਾਉਣ ਨਾ ਲਾ ਦੇਣ, ਕਿਤਾਬਾਂ ਨਾ ਜਗਾ ਦੇਣ। ਬਾਕੀ ਦੇਖੋ ਪੜਨਾ ਕੋਈ ਮਾੜੀ ਗੱਲ ਨਹੀਂ ਹੈਗੀ, ਪੜਿਆ ਕਰੋ ਸਾਰੇ ਜਣੇ। ਪਰ ਮੈਨੂੰ ਇਹ ਲੱਗਦਾ ਜਾਣਿਆ ਪਿਆ ਜਾਣੀ ਜਗ੍ਹਾ, ਸੋ ਪਤਾ ਨਹੀਂ ਨੋ ਆਈਡੀਆ, ਮੈਨੂੰ ਤਾਂ ਕਹਿ ਕੇ ਕਮਾਉਣ ਲੈ ਕੇ ਚੱਲਿਆ ਤੈਨੂੰ, ਪਰ ਪਤਾ ਨਹੀਂ ਕਿੱਥੇ ਫ੍ਰੀ ਜਾਂਦੇ ਆ। ਅੱਜ ਨੂੰ ਇੰਸਟੀਚਿਊਟ 'ਚ ਐਡਮਿਸ਼ਨ ਦਵਾਉਂਦੇ ਪੜ੍ਹਨੇ ਵਾਸਤੇ। ਠੀਕ ਹੈ ਜੀ, ਦਵਾ ਦਈਏ, ਚਲੋ ਕੋਈ ਗੱਲ ਨਹੀਂ। ਸੋ ਦੇਖਦੇ ਆ ਕਿੱਥੇ ਲੈ ਕੇ ਜਾਂਦੀ। ਲੱਗਦਾ ਜੀ ਮੈਨੂੰ ਮਿਲਣਾ ਕੋਈ ਸੂਟ ਵਗੈਰਾ, ਕਿਉਂਕਿ ਆਪਾਂ ਸ਼ਾਮ ਵਾਲਿਆਂ ਦੇ ਆ ਗਏ। ਸੋ ਬਈ ਬੜਾ ਤਕੜਾ ਸਰਪ੍ਰਾਈਜ਼ ਹੈ, ਮੈਨੂੰ ਬਹੁਤ ਮਜ਼ਾ ਆਇਆ। ਸੋ ਲੱਗਦਾ ਹੈ ਕੁਝ ਤਕੜਾ ਹੋਣੇ ਵਾਲਾ ਹੈ। ਸਰਪ੍ਰਾਈਜ਼ ਕੁਝ ਨਹੀਂ ਹੈ। ਸੋ ਸੂਟ ਜਾਂ ਫਿਰ ਗਾਊਨ ਜਾਂ ਕੋਈ ਡਰੈਸ ਲੈਣੀ ਹੈ, ਕਿਉਂਕਿ ਤਾਂ ਹੀ ਆਏ। ਚਲੋ ਆਪਾਂ ਇੰਸਟੀਚਿਊਟ 'ਚ ਇਹਨੂੰ ਐਡਮਿਸ਼ਨ ਦਵਾਉਣੀ ਹੈ। ਸਾਨੂੰ ਅੱਗੇ 2-3 ਵਿਆਹ ਵੀ ਆਉਣ ਵਾਲੇ ਆ। ਦਿਖਾਉਣੇ ਆ ਤੁਹਾਨੂੰ ਅੱਗੇ ਜਾ ਕੇ ਕਿਆ ਲੈਣੇ ਆ, ਦਵਾਉਣੇ ਆ।
ਕਿਆ ਦਵਾਉਣਾ ਅਸੀਂ ਕੁਛ ਨਹੀਂ ਦਵਾਉਣਾ ਬਾਈ ਅਸੀਂ ਫਿਰ ਇੱਥੇ ਆਪਾਂ ਸ਼ਾਮ ਵਾਲੇ ਉਹ ਮੈਂ ਪੀਜ਼ਾ ਖਲਾਉਣ ਲਿਆਇਆ ਸੀਗਾ 34 ਚ ਡੋਮੀਨੋਜ਼ ਦੇ ਦੇਖ ਲਓ ਘਰ ਤੇ 34 ਚ ਆਏ ਆ ਪੀਜ਼ਾ ਖਾਣ ਜਾ ਕੇ ਦੇਖਦੇ ਆ ਕੁਛ ਹੈਗਾ ਆਈ ਨੋ ਸੈਕਟਰ 34 ਜਾਣਾ ਆਪਾਂ ਸ਼ਾਮ ਵਾਲਿਆਂ ਦੇ ਹਲੇ ਮੈਡਮ ਨੂੰ ਕੋਈ ਆਈਡੀਆ ਨਹੀਂ ਹੈਗਾ ਭੱਜੇ ਜਾ ਰਹੇ ਉਹਨੂੰ ਸ਼ੱਕ ਜਾ ਪੈ ਗਿਆ ਵੀ ਮੈਂ ਸ਼ਾਮ ਵਾਲਿਆਂ ਦੇ ਜਾਣਾ ਸਰਪ੍ਰਾਈਜ਼ ਪੂਰਾ ਬਰਕਰਾਰ ਹੈ ਨਹੀਂ ਪਤਾ ਲੱਗਿਆ ਜਾ ਕੇ ਦੱਸਦੇ ਆ ਵੀ ਕੀ ਦਵਾਉਣਾ ਅੱਜ ਉਹਨੂੰ ਅੱਗੇ ਜਾਣਾ ਆਪਾਂ ਅੱਗੇ ਅੱਗੇ ਉਹ ਇੰਸਟੀਟਿਊਟ ਜਿਹੜੇ ਖੁੱਲੇ ਆ ਅੱਗੇ ਨਵੇਂ ਇੰਸਟੀਟਿਊਟ 'ਚ ਐਡਮਿਸ਼ਨ ਹੋਣੀ ਅੱਜ ਤੁਹਾਨੂੰ ਆ ਵੀ ਦੁਕਾਨ ਜੀ ਨਵੀਂ ਹੈ ਨਾਪਰੀ ਦਾ ਦੇਖ ਕੇ ਜੀ ਦੁਕਾਨ 'ਚ ਕਿਆ ਆ ਅੱਗੇ ਹੈ ਨਾ ਆਇਆ ਦੇਖ ਕੇ ਜੀ ਚਲੋ ਜੀ ਸੋ ਆਪਾਂ ਮੈਡਮ ਨੂੰ ਘੁਮਾਉਣ ਲੈ ਕੇ ਚੱਲੇ ਜੀ ਨਵੀਂ ਸ਼ਾਪ ਹੈ ਇਹ ਸ਼ਾਮ ਜਵੈਲਰਸ ਦੀ ਪਹਿਲਾਂ ਵੀ ਇੱਥੇ ਆਏ ਆ ਸ਼ਾਇਦ ਕਿਸੇ ਨੂੰ ਯਾਦ ਹੋਊਗਾ ਰਿੰਗ ਲਈ ਕਿ ਸੋ ਕੁਛ ਤਕੜਾ ਮਿਲਣੇ ਵਾਲਾ ਹੈ ਦੇਖੋ ਜੀ ਕੀ ਬਣਦਾ ਅੱਗੇ ਜਾ ਕੇ ਜੀ ਟੋਪਸ ਮੈਂ ਬਹੁਤ ਜ਼ਿਆਦਾ ਹੈਪੀ ਹਾਂ ਕਿ ਆਪਾਂ ਇਹਨਾਂ ਨੂੰ ਹੁਣੇ ਪਾ ਲੈਣਾ ਬਈ ਵੇਟ ਨਹੀਂ ਹੁੰਦੀ ਹੈਗੀ ਮੁੰਡੇ ਦਾ ਬਹੁਤ ਖਰਚਾ ਹੋ ਗਿਆ ਬਈ ਅੱਜ ਅੱਜ ਤੋਂ ਤਾਂ ਮੈਡਮ ਨੂੰ ਸਰਪ੍ਰਾਈਜ਼ ਆਈ ਲਾਈਕ ਸਰਪ੍ਰਾਈਜ਼ ਤਾਂ ਸਰਪ੍ਰਾਈਜ਼ ਸਰਪ੍ਰਾਈਜ਼ ਤਾਂ ਦਿੱਤਾ ਨਾ ਵੈਸੇ ਹੀ ਮਾਈਂਡ 'ਚ ਆ ਗਿਆ ਨਾ ਵੀਡੀਓ ਪਾਈ ਸੀਗੀ ਇੰਸਟਾਗ੍ਰam ਤੇ ਆਪਣਾ ਨੈਕਲੈਸ ਮੰਗਦੀ ਨੂੰ ਸਾਲ ਹੋ ਗਿਆ ਉਹਨੇ ਰੀਸੈਂਟ ਉਹਦੇ ਨਾਲ ਕਾਫੀ ਇੰਨੀ ਛੇਤੀ ਗੌਰ ਕਰ ਲਈ ਵੈਸੇ ਅੱਜ ਮੈਂ ਬਿੱਲਾ ਬੈਠਾ ਸੀਗਾ ਜੀਆਂ ਵੀਡੀਓਸ ਆਪਾਂ ਤੇ ਉਹਦੇ ਕੀ ਹੋਇਆ ਤੇ ਥੱਲੇ ਕਮੈਂਟ ਆ ਰਹੇ ਤੇ ਬਾਈ ਦਵਾ ਦੋ ਜੀ ਇਹਨੂੰ ਫਲਾਣਾ ਤੂੰ ਘਾਣਾ ਕਿਆ ਕੀ ਆ ਰਹੇ ਸੀਗੇ ਵੀ ਦਵਾ ਦੋ 1 ਸਾਲ ਹੋ ਗਿਆ 1 ਸਾਲ ਹੋ ਗਿਆ ਫਿਰ ਮੈਂ ਕਿਹਾ ਚਲੋ ਆਪਣਾ ਇਨਕਰੀਮੈਂਟ ਐ ਤੇ ਕੀ ਵਧੀਆ ਲੱਗਿਆ ਹੋਇਆ ਇੰਨਾ ਕਿ ਤਾਂ ਬਣਦਾ ਸੋ ਆਪਾਂ ਨੂੰ ਮਿਲੇ ਦਿਖਾਉਣੇ ਆ ਤੁਹਾਨੂੰ ਵੀ ਮੈਂ ਨਾਲ ਦੀ ਨਾਲ ਪਾਲਾਂ ਤਾਂ ਤੁਸੀਂ ਬੋਲੋ ਤੇ ਮੈਂ ਕਿਹਾ ਚੱਲ ਫਿਰ ਤੈਨੂੰ ਘੁਮਾ ਕੇ ਲਿਆਉਣੇ ਨਾਲੇ ਸਰਪ੍ਰਾਈਜ਼ ਦਿੰਨੇ ਆ ਉੱਪਰ ਤੇ ਫਿਰ ਤੀਆਂ ਦਾ ਸੌਣ ਦਾ ਮਹੀਨਾ ਵੀ ਆਉਂਦਾ ਹੈ ਨਾ ਮੈਂ ਕਿਹਾ ਚਲੋ ਨਾਲੇ ਛੋਟਾ ਜਿਹਾ ਗਿਫਟ ਹੋ ਜਾਊਗਾ ਤੇ ਨਾਲ ਦੀ ਨਾਲ ਮੈਡਮ ਖੁਸ਼ ਹੋ ਜੂਗੀ ਨਾਲੇ ਸਰਪ੍ਰਾਈਜ਼ ਹੋ ਜਾਊਗਾ ਨਾਲੇ ਸਾਡਾ ਬਲੌਗ ਬਣ ਜਾਊਗਾ ਵੈਸੇ ਮੇਰੇ ਕੋਲ ਟੌਪਸ ਹੈਗੇ ਸੀ ਪਰ ਉਹ ਬੜੇ ਆ ਫਿਰ ਇਹ ਰੈਗੂਲਰ ਵੀਅਰ ਲਈ ਵਧੀਆ ਸੋ ਮੈਂ ਦੇਖ ਕੇ ਲਏ ਆ ਕਿਉਂਕਿ ਮੈਂ ਤਾਂ ਗਿਆ ਸੀਗਾ ਅੱਜ ਖੁੱਲੇ ਖਾਤੇ ਆ ਮਿੱਤਰਾਂ ਦੇ ਜਿਹੜਾ ਲੈਣਾ ਲੈ ਲੈ ਜਿੱਦਾਂ ਤੇਰਾ ਦਿਲ ਕਰਦਾ ਲੈ ਲੈ ਸੋ ਲੈਣੀ ਇੱਕ ਆਈਟਮ ਹੈ ਇਸ ਤੋਂ ਜ਼ਿਆਦਾ ਨਹੀਂ ਸੋ ਮੈਡਮ ਨੂੰ ਵਧੀਆ ਲੱਗੇ ਇਹ ਸ਼ਾਮ ਜੀ ਬੈਠ ਲਈ ਸੋ ਜੇ ਕਿਸੇ ਨੂੰ ਯਾਦ ਹੋਵੇ ਇਹ ਵਾਲੀ ਰਿੰਗ ਵੀ ਮੈਨੂੰ ਐਨੀਵਰਸਰੀ ਨੂੰ ਇੱਥੇ ਤੋਂ ਹੀ ਮਿਲੀ ਸੀਗੀ ਹਾਂ ਜਿਹੜੇ ਸਾਡੇ ਬਲੌਗ ਰੈਗੂਲਰਸ ਦੇਖਦੇ ਆ ਜਿਨ੍ਹਾਂ ਨਹੀਂ ਦੇਖਿਓ ਪਿੱਛੇ ਜਾ ਕੇ ਦੇਖ ਲਿਓ ਐਨੀਵਰਸਰੀ ਦਾ ਪੂਰਾ ਭਰਿਆ ਭਰਿਆ ਲੱਦੇ ਕੰਨ ਮੰਮੀ ਨੂੰ ਜ਼ਿਆਦਾ ਹੁੰਦਾ ਤਾਂ ਉਹ ਕਹੀ ਜਾਂਦੇ ਤੇ ਨਾ ਪਾ ਲੈ ਤੂੰ ਪਾ ਲੈ ਖਾਲੀ ਕੰਨ ਵਧੀਆ ਨਾ ਲੱਦੇ ਨਾਲ ਜਨਾ ਆਪਣੇ ਸਰਪ੍ਰਾਈਜ਼ ਵੀ ਬਣਾਤਾ ਇਹਨੂੰ ਉਮੀਦ ਕੋਈ ਨਹੀਂ ਸੀਗੀ ਕੋਈ ਪਲਾਨ ਨਹੀਂ ਸੀਗਾ ਬਸ ਚੱਕੇ ਤੇ ਆ ਗਏ ਉਹਦੇ ਚੱਕਰ 'ਚ ਪਰਸ ਵੀ ਘਰੇ ਰਹਿ ਗਿਆ ਸੀਗਾ ਪਰਸ ਘਰ ਘਰੇ ਆ ਪਰਸ ਨੂੰ ਵੀ ਦੇਖ ਲਓ ਇੰਨੀ ਜ਼ਿਆਦਾ ਕਈ ਕਹਿ ਦਿੰਦੇ ਆ ਹਨਾ ਵਿਆਹ ਕਰਾ ਕੇ ਕੀ ਆਈਏ ਉਹ ਸੋ ਇਹਨਾਂ ਗੱਲਾਂ ਦਾ ਛੋਟੀਆਂ ਛੋਟੀਆਂ ਦਾ ਘਰ ਵਾਲੀ ਉਹ ਧਿਆਨ ਰੱਖਦੀ ਹੈ ਅੱਜੇ ਮੈਂ ਆਪਣਾ ਤਿਆਰ ਹੁੰਦੀ ਤੇ ਅੱਜੇ ਨਹੀਂ ਪਰਸ ਲੈ ਕੇ ਮੌਕਾ ਮਿਲ ਗਿਆ ਜਨਾਬ ਅੱਜ ਨੂੰ ਬੋਲਣ ਦਾ ਸੋ ਚੱਲਦੇ ਹੁਣ ਅਸੀਂ ਪੂਰੇ ਖੁਸ਼ ਹੈ ਜੀ ਹੁਣ ਜਨਾਬ ਕਹਿੰਦੇ ਪੀਜ਼ਾ ਖਾਣਾ ਮਾਂ ਵੀ ਅੱਜ ਤਾਂ ਕੁਝ ਨਹੀਂ ਖਾਣਾ ਹੈਗਾ ਅੱਛਾ ਜੀ ਚਲੋ ਹੁਣ ਆਪਾਂ ਤੁਹਾਨੂੰ ਅੱਗੇ ਚੱਲਦੇ ਆ ਲੈ ਕੇ ਕਿਤੇ ਦੇਖਦੇ ਆ ਅੱਗੇ ਫਿਰ ਲੱਗਦਾ ਇੱਕ ਹੋਰ ਸਰਪ੍ਰਾਈਜ਼ ਹੈ ਨਹੀਂ ਹਲੇ ਕੋਈ ਹੁਣ ਕੋਈ ਸਰਪ੍ਰਾਈਜ਼ ਨਹੀਂ ਹੈਗਾ ਸਰਪ੍ਰਾਈਜ਼ ਖਤਮ ਹੋ ਗਿਆ ਮੈਂ ਵੀਡੀਓ ਸਟਾਰਟਿੰਗ ਕਰਨ ਤੋਂ ਪਹਿਲਾਂ ਦੱਸਿਆ ਸੀਗਾ ਵੀ ਸਰਪ੍ਰਾਈਜ਼ ਹੈ ਜਿਹੜਾ ਇਹਨੂੰ ਨਹੀਂ ਪਤਾ ਸੀਗਾ ਸੋ ਹੁਣ ਪਤਾ ਲੱਗ ਗਿਆ ਮੈਡਮ ਨੂੰ ਅੱਜ ਜਵੈਲਰੀ ਦਵਾਤੀ ਹੈ ਜਿਹੜੀ ਦਵਾਉਣੀ ਸੀਗੀ ਅੱਗੇ ਚੱਲਦੇ ਆ ਹੁਣ ਦੇਖਦੇ ਆ ਅੱਗੇ ਕਿਆ ਮੂਡ ਬਣਦਾ ਮੇਰਾ ਅੱਜ ਦਿਲ ਖੁਸ਼ ਮਿੱਤਰਾਂ ਦੇ ਅੱਜ ਪੂਰੇ ਸੋ ਮੈਂ ਬਹੁਤ ਖੁਸ਼ ਹਾਂ ਥੈਂਕ ਯੂ ਸੋ ਮੱਚ ਜੀ ਵੈਲਕਮ ਪੜਿਆ ਕਰੋ ਕੰਮ ਕਰੋ ਪੈਸੇ ਕਮਾਓ ਸ਼ੌਂਕ ਪੂਰੇ ਕਰੋ ਚੰਡੀਗੜ੍ਹ ਦੇ ਨਜ਼ਾਰਿਆਂ ਦੇ ਪੱਟਿਆ ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ ਬੜੇ ਨਜ਼ਾਰੇ ਲਏ ਜੀ ਆਪਾਂ ਚੰਡੀਗੜ੍ਹ ਬਹੁਤ ਘੁੰਮਿਆ ਵੈ ਕਾਲਜ ਟਾਈਮ 'ਚ ਤਕਰੀਬਨ ਜਿੰਨੀ ਮੇਰੀ ਸ਼ੋਪਿੰਗ ਹੁੰਦੀ ਸੀਗੀ ਸਾਰੀ ਸੈਕਟਰ 17 ਇਕੱਲੇ ਸੈਕਟਰ ਦਾ ਪਤਾ ਹੁਣ ਕਿੱਥੇ ਗਿਆ ਏ
ਚੱਲੇ ਆ ਜੀ ਹੁਣ ਸੈਕਟਰ 17 17 17 ਦੀ ਮਾਰਕੀਟ ਸਾਡਾ ਸੈਕਟਰ 17 ਹੀ ਆ ਤੁਹਾਡਾ ਹੋਣਾ ਸੈਕਟਰ 17 ਫਿਰ ਉੱਥੇ ਕਰਦੇ ਆਪਾਂ ਸ਼ਾਪਿੰਗ ਦੇਖਦੇ ਆ ਹੁਣ ਆਏ ਦੇਖਦੇ ਆ ਕੌਣ ਕਿਤੇ ਹੋਰ ਨੋਟ ਕਰ ਲਿਓ ਹੁਣ ਚੰਡੀਗੜ੍ਹ ਚ ਜਿਹੜਾ ਵੀ ਆਊਗਾ ਨੂੰ ਸ਼ਾਪਿੰਗ ਕਰਾ ਦਈਏ ਥੋੜੀ ਜੀ ਇੱਕ ਚੀਜ਼ ਹੋਰ ਨੋਟ ਕਰ ਲਿਓ ਜਿਹੜਾ ਚੰਡੀਗੜ੍ਹ ਆਊਗਾ ਨਾ ਇੱਕ ਤਾਂ ਯੈਲੋ ਲਾਈਨ ਤੇ ਲੈਫਟ ਸਾਈਡ ਨਹੀਂ ਚੱਲਣਾ ਕਿਉਂਕਿ ਉਹਦਾ ਵੀ ਚਲਾਨ ਹੋਣ ਲੱਗ ਗਿਆ ਹੁਣ ਪਹਿਲਾਂ ਨਹੀਂ ਸੀ ਹੁੰਦਾ ਉਹ ਕਮਰਸ਼ੀਅਲ ਲਾਈਨ ਹੁੰਦੀ ਉਹ ਚ ਬੱਸ ਤੇ ਆਟੋ ਵਗੈਰਾ ਨੇ ਚੱਲਣਾ ਹੁੰਦਾ ਦੂਜੀ ਗੱਲ ਸਾਰੇ ਚੰਡੀਗੜ੍ਹ ਚ 60 ਦੀ ਸਪੀਡ ਨਾਲ ਟੱਪਣ ਦਿਓ ਕਿਉਂਕਿ ਹੁਣ ਜਿਹੜੇ ਆਰਟੀਫੀਸ਼ੀਅਲ ਕੈਮਰੇ ਲਾਏ ਆ ਨਾ ਉਹ ਬਹੁਤ ਜ਼ਿਆਦਾ ਹਾਈ ਟੈਕਨੋਲੋਜੀ ਦੇ ਲਾਏ ਇਹਨਾਂ ਨੇ ਫੇਸ ਰੀਡਿੰਗ ਵੀ ਕਰ ਲੈਂਦੇ ਤੁਹਾਡੇ ਗੱਡੀ 'ਚ ਬੈਠੇ ਦੇ ਐਂਗਲ ਇਦਾਂ ਦੇ ਐਂਗਲ ਇਹਨਾਂ ਨੇ ਯੂਜ਼ ਕੀਤੇ ਹੋਏ ਜਿਵੇਂ ਮੇਨ ਜਿਹੜੀਆਂ ਚੀਜ਼ਾਂ ਜਿਵੇਂ ਬੈਲਟ ਕੰਪਲਸਰੀ ਆ ਤੁਸੀਂ ਆਪਣੀ ਸੇਫਟੀ ਵੀ ਆ ਵੈਸੇ ਰੂਲਸ ਵੀ ਆ ਤਾਂ ਫੋਲੋ ਕਰੋ ਆਪਾਂ ਵਧੀਆ ਹਨਾ ਤੇ ਮਾਸਕ ਹੈ ਜਿਹੜਾ ਵੈਸੇ ਦਾ ਕੋਈ ਲੌਜੀਕ ਨਹੀਂ ਹੈਗਾ ਹੁਣ ਰਿਹਾ ਪਰ ਲਗਾ ਲਓ ਤੁਸੀਂ ਤਾਂ ਵਧੀਆ ਰੋਕਦੇ ਨਹੀਂ ਸਪੀਡ ਆਪਣੀ ਮਾਸਕ ਦਾ ਚਲੋ ਕੋਈ ਗੱਲ ਨਹੀਂ ਇਹ ਤਾਂ ਸਪੀਡ ਲਿਮਿਟ ਚ ਰਹੋ ਸਪੀਡ ਲਿਮਿਟ ਹੈ ਸਭ ਤੋਂ ਬੜੀ ਗੱਲ ਦੂਜੀ ਗੱਲ ਹੈ ਹੁੰਦਾ ਕੀ ਸੀਗਾ ਵੀ ਚੰਡੀਗੜ੍ਹ 'ਚ ਨਾ ਪਤਾ ਨਹੀਂ ਲੱਗਦਾ ਸੀਗਾ ਲੋਕ ਕਾਰਨਾਮੇ ਕਰਕੇ ਆ ਕੇ ਚੰਡੀਗੜ੍ਹ ਲੁਕ ਜਾਂਦੇ ਸੀਗੇ ਕਿ ਉੱਥੇ ਜਨਤਾ ਬਹੁਤ ਆ ਫਲੈਟ ਫਲੂਟਾਂ 'ਚ ਬੈਠੇ ਰਹਿੰਦੇ ਕਿਹੜੇ ਪਤਾ ਲੱਗਦਾ ਸੀਗਾ ਤੇ ਹੁਣ ਫੇਸ ਰੀਡਿੰਗ ਵੀ ਇਹ ਕੈਮਰੇ ਕਰਨਗੇ ਟੈਕਨੋਲੋਜੀ ਹਾਈ ਟੈਕਨੋਲੋਜੀ ਇਹਨਾਂ ਨੇ ਯੂਜ਼ ਕੀਤੀ ਆ ਬਾਕੀ ਤੁਹਾਨੂੰ ਪਤਾ ਇੰਡੀਆ ਜਿੰਨਾ ਟਾਈਮ ਮੁੱਦਾ ਗਰਮ ਹੁੰਦਾ ਉਨਾ ਟਾਈਮ ਇੰਨੀ ਨੌਲੇਜ ਬਹੁਤ ਹੈ ਸਰ ਜੀ ਹੁਣ ਹੋਰ ਬਾਕੀ ਕਿਸੇ ਦਿਨ ਰੱਖ ਲਓ ਥੋੜੀ ਜਿਹੀ ਸੋ ਮੈਨੂੰ ਲੱਗਦਾ ਅੱਜ ਲੇਕ ਤੇ ਜਾਣੇ ਦਾ ਮੌਸਮ ਵੀ ਹੈ ਮੌਸਮ ਬਹੁਤ ਜ਼ਿਆਦਾ ਗੁੱਡ ਹੋ ਗਿਆ ਵੈਸੇ ਧੁੱਪ ਹੁੰਦੀ ਹੈ ਨਹੀਂ ਤਾਂ ਪਰ ਇੰਨੇ ਸੋਹਣੇ ਬੱਦਲਵਾਈ ਹੋਈ ਵੀ ਹੈ ਪੂਰਾ ਠੰਡਾ ਜਿਹਾ ਮੌਸਮ ਹੈ ਸੋ ਆਪਾਂ ਸ਼ਾਇਦ ਲੇਕ ਪਰ ਵੀ ਜਾਈਏ ਨਹੀਂ ਕੋਈ ਪਲਾਨ ਨਹੀਂ ਲੇਕ ਤੇ ਜਾਣੇ ਦਾ ਲੇਕ ਤੇ ਸਪੈਸ਼ਲ ਆਵਾਂਗੇ ਜਿੱਦਣ ਆਉਣਾ ਹੋਊਗਾ ਕਿਉਂਕਿ ਅੱਜ ਵੈਸੇ ਸਾਡਾ ਫਰਸਟ ਬਲੌਗ ਇੱਥੇ ਤੇ ਮੈਨੂੰ ਯਾਦ ਆਇਆ ਸਾਡਾ ਫਰਸਟ ਬਲੌਗ ਅਸੀਂ ਬਣਾਉਣਾ ਸਟਾਰਟ ਕਰਿਆ ਲੇਕ ਤੋਂ ਬਣਾਉਣਾ ਸਟਾਰਟ ਕਰਿਆ ਸੀਗਾ ਸਾਡਾ ਫਰਸਟ ਬਲੌਗ ਸੀਗਾ ਜਿਹੜਾ ਲੱਗਦਾ ਸਾਲ ਕੋ ਹੋਣੇ ਵਾਲਾ ਹੈ ਹਾਂ ਆਲਮੋਸਟ ਆਲਮੋਸਟ ਸਾਲ ਹੋਣੇ ਵਾਲਾ ਸਾਨੂੰ ਬਲੌਗਿੰਗ ਸਟਾਰਟ ਕਰੀ ਨੂੰ ਸੋ ਸਾਰੇ ਜਿਹੜੇ ਸਪੋਰਟ ਕਰੋ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਜਿੰਨੇ ਜਣੇ ਦੇਖ ਰਹੇ ਆ ਯੈਸ ਮੈਂ ਬਹੁਤ ਜ਼ਿਆਦਾ ਭਲੱਕੜ ਕੁੜੀ ਆ ਬਾਈ ਇਹਦਾ ਮੈਨੂੰ ਪਤਾ ਹੈ ਮੈਂ ਮਾਸਕ ਆਪਣਾ ਸ਼ਾਮ ਵਾਲਿਆਂ ਦੇ ਛੱਡ ਆਈ ਹਾਂ ਸੋ ਆਪਾਂ ਪਹੁੰਚ ਗਏ ਜੀ ਸੈਕਟਰ 17 ਪਹਿਲਾਂ ਵਾਲੀ ਰੌਣਕ ਜੀ ਨਹੀਂ ਰਹੀ ਉਰੇ ਜਿੱਦਾਂ ਪਹਿਲਾਂ ਰੌਣਕ ਹੁੰਦੀ ਸੀ ਕਿਉਂਕਿ ਆਲੇ ਦੁਆਲੇ ਮਾਲ ਖੁੱਲ ਗਿਆ ਮਾਲ 'ਚ ਲੋਕ ਜ਼ਿਆਦਾ ਜਾਣ ਲੱਗ ਗਏ ਸੋ ਦੇਖ ਸਕਦੇ ਹੋ ਪਹਿਲਾਂ ਜੋ ਮਾਰਕੀਟ ਦੀ ਲੁੱਕ ਹੁੰਦੀ ਸੀਗੀ ਨਾ ਅਲਟੀਮੇਟ ਰੌਣਕ ਹੀ ਰੌਣਕਾਂ ਬਾਕੀ ਕਾਲਜ ਵੀ ਨਹੀਂ ਖੁੱਲ੍ਹੇ ਹਲੇ ਤਾਂ ਕਰਕੇ ਸ਼ਾਇਦ ਉਹਦਾ ਵੀ ਇਫੈਕਟ ਹੋਵੇ ਕਾਲਜ ਨਾ ਖੁੱਲ੍ਹੇ ਹੋਣ ਦਾ ਵੀ ਇਫੈਕਟ ਕਾਫੀ ਹੋ ਸਕਦਾ ਲਓ ਜੀ ਆਪਾਂ ਪੂਰਾ ਘੁੰਮ ਰਹੇ ਹਾਂ 17 ਮਾਰਕੀਟ ਬਹੁਤ ਦੇਰ ਬਾਅਦ ਆਏ ਅੱਜ ਫਿਰ ਥੋੜ੍ਹੀ ਬਹੁਤ ਆਪਾਂ ਸ਼ੋਪਿੰਗ ਕਰ ਲਈ ਹੈ ਅਤੇ ਬਾਕੀ ਹੁਣ ਹੋਰ ਕਰਦੇ ਹਾਂ ਸਰਪ੍ਰਾਈਜ਼ ਸ਼ੋਪਿੰਗ ਸੀਗੀ ਇਹਦਾ ਤਾਂ ਮੈਨੂੰ ਕੋਈ ਪਲੈਨ ਕੋਈ ਆਈਡੀਆ ਵੀ ਨਹੀਂ ਸੀਗਾ ਉੱਥੇ ਬੈਠੇ ਬੈਠੇ ਮੂਡ ਬਣ ਗਿਆ ਕਿ ਸੈਕਟਰ 17 ਚੱਲਦੇ ਹਾਂ ਅਤੇ ਇੱਥੇ ਥੋੜ੍ਹਾ ਜਿਹਾ ਵਧੀਆ ਲੱਗਿਆ ਇੱਕ ਦੋ ਆਰਟੀਕਲ ਸੋ ਆਪਾਂ ਲੈ ਲਿਆ ਬਾਕੀ ਹੋਰ ਦੇਖਦੇ ਹਾਂ ਜੇ ਹੋਰ ਕੁਛ ਵਧੀਆ ਲੱਗਿਆ ਲੈ ਕੇ ਫਿਰ ਚੱਲਦੇ ਹਾਂ ਘਰ ਜਨਾਬ ਪੂਰੇ ਸ਼ੋਪਿੰਗ ਨੂੰ ਲੱਗੇ ਹੋਏ ਹਨ ਆਪਾਂ ਕੀ ਕਰਕੇ ਆਏ ਹਾਂ ਮਾਸਕ ਭੁੱਲ ਗਿਆ ਸੀਗਾ ਦੁਬਾਰਾ ਚੱਕ ਲੈ ਕੇ ਜਿੰਨੀ ਵਾਰ ਵੀ 17 'ਚ ਆਏ ਹਾਂ ਕਦੇ ਵੀ ਬਿਨਾਂ ਰੋਲ ਖਾਏ ਅੱਜ ਤੱਕ ਮੈਂ ਕਦੇ ਵਾਪਸ ਨਹੀਂ ਗਿਆ ਅਤੇ ਅੱਜ ਨਾਪਰੀ ਕਹਿੰਦੀ ਸੀਗੀ ਰਹਿਣ ਦਿੰਦੇ ਗਰਮੀ ਹੈ ਮੈਂ ਕੋਈ ਗੱਲ ਨਹੀਂ ਆਪਣਾ ਰਿਕਾਰਡ ਆ ਜਿੰਨੀ ਵਾਰ ਵੀ ਆਇਆ ਮੈਂ ਕਦੇ ਵੀ ਰੋਲ ਖਾਏ ਬਿਨਾਂ ਵਾਪਸ ਗਿਆ ਹੀ ਨਹੀਂ ਸੋ ਅੱਜ ਮੈਡਮ ਨੂੰ ਵੀ ਖਿਲਾਉਂਦੇ ਹਾਂ ਅੱਜ ਵੈਜ ਰੋਲ ਖਾਵਾਂਗੇ ਮੈਂ ਵੈਸੇ ਟਰਾਈ ਕਰਿਆ ਵਾ ਲਾਸਟ ਟਾਈਮ ਸੋ ਇਸ ਵਾਰ ਅਸੀਂ ਵੈਜ ਖਾਵਾਂਗੇ ਹਾਂਜੀ ਆ ਜਾਓ ਆਪਾਂ ਰੋਲ ਪੈਕ ਕਰਾ ਲਏ ਸੀਗੇ ਕਿਉਂਕਿ ਉੱਥੇ ਗਰਮੀ ਸੀਗੀ ਕਾਫੀ ਤਾਂ ਕਰਕੇ ਵੀ ਗੱਡੀ 'ਚ ਆਰਾਮ ਨਾਲ ਬੈਠ ਕੇ ਖਾਵਾਂਗੇ ਨਾਲੇ ਗੱਲਾਂ ਬਾਤਾਂ ਮਾਰਾਂਗੇ ਖਾਂਦੇ ਖਾਂਦੇ ਸੋ ਆਪਾਂ ਲੱਗੇ ਜੀ ਰੋਲ ਖਾਣ ਇੰਜੋਏ ਕਰਦੇ ਆ ਪੂਰਾ 4:15 ਇੱਥੇ ਹੋ ਗਏ 5 ਵਜੇ ਮੈਂ ਸਪਰੇ ਕਰਨ ਜਾਣਾ ਖੇਤਾਂ 'ਚ ਮੈਨੂੰ ਆਰਡਰ ਹੋਏ ਪਏ ਆ ਸੋ ਇੱਥੋਂ ਬਾਅਦ ਬਸ ਹੁਣ ਆਪਾਂ ਨਿਕਲੇ ਕੰਮ ਸਾਰੇ ਖਤਮ ਹੈ ਤੇਲ ਪਾਉਣਾ ਹੈ ਕਿਉਂਕਿ ਚੰਡੀਗੜ੍ਹ 'ਚ ਦਾਰੂ ਤੇ ਪੈਟਰੋਲ ਡੀਜ਼ਲ ਸਾਰਾ ਕੁਝ ਸਸਤਾ ਹੈ ਦਾਰੂ ਪੈਟਰੋਲ ਤੇ ਡੀਜ਼ਲ ਇਹ ਸਸਤਾ ਆਪਾਂ ਖਾਣ ਲੱਗੇ ਜੀ ਰੋਲ ਚਲੋ ਸਾਡਾ ਬਲੌਗ ਇੰਜੋਏ ਨੇ ਆਪਾਂ ਖਾ ਲਈਏ ਆਪਾਂ ਚੱਲੇ ਹਾਂ ਜੀ ਦਾਊਂ ਸਾਹਿਬ ਸੋ ਵਿਆਹ ਤੋਂ ਬਾਅਦ ਅਸੀਂ ਗਏ ਨਹੀਂ ਹੈਗੇ ਉੱਥੇ ਸੋ ਫਸਟ ਟਾਈਮ ਚੱਲੇ ਹਾਂ ਅਸੀਂ ਵੈਸੇ ਮੈਂ ਤਾਂ ਕਈ ਵਾਰ ਪਲਾਨ ਬਣਾਇਆ ਪਰ ਜਦੋਂ ਟਾਈਮ ਲੱਗਣਾ ਉਦੋਂ ਹੀ ਲੱਗਣਾ ਸੋ ਆਪਾਂ ਹੁਣ ਜੀ ਖਾ ਪੀ ਕੇ ਆ ਗਏ ਦਾਊਂ ਮੱਥਾ ਟੇਕ ਕੇ ਜਾਵਾਂਗੇ ਘਰ ਨੂੰ ਫਿਰ ਅੱਗੇ ਤੁਹਾਨੂੰ ਕਰਾਉਂਦੇ ਹਾਂ ਗੁਰਦੁਆਰਾ ਦਾਊਂ ਦੇ ਦਰਸ਼ਨ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਦਾਊਂ ਤੁਹਾਨੂੰ ਕਰਾਉਂਦੇ ਹਾਂ ਦਰਸ਼ਨ ਅੰਦਰ ਤੇ ਜੇ ਕਰਾ ਸਕਦੇ ਹੋਏ ਭੀੜ ਕਾਫੀ ਜ਼ਿਆਦਾ ਜੀ ਸੋ ਅਸੀਂ ਮੱਥਾ ਟੇਕ ਲਿਆ ਅਤੇ ਮੱਥਾ ਟੇਕ ਕੇ ਚੱਲੇ ਅਸੀਂ ਘਰ ਨੂੰ
ਡਰਾਈਵਰ ਹੋ ਗਿਆ ਜੀ ਫਿਰ ਚੇਂਜ ਬਿਕੋਜ਼ ਹੁਣ ਆਪਣਾ ਇਲਾਕਾ ਆ ਗਿਆ ਤੇ ਦੂਜੀ ਗੱਲ ਹੈ ਚੰਡੀਗੜ੍ਹ ਚੋਂ ਆਪਾਂ ਬਾਹਰ ਆ ਗਏ ਠੀਕ ਹੈ ਜੀ ਠੀਕ ਹੈ ਜੀ ਮੈਡਮ ਨੂੰ ਦੁਬਾਰਾ ਗੱਡੀ ਚਲਾਉਣ ਲਾਦਾ ਫਿਰ ਕਿਉਂਕਿ ਜਿੰਨਾ ਇਹ ਚਲਾਊਗੀ ਉਨਾ ਇਹਦਾ ਹੱਥ ਹੋਰ ਕਲੀਅਰ ਹੁੰਦਾ ਜਾਊਗਾ ਫਿਰ ਆਪਾਂ ਨੂੰ ਟੈਨਸ਼ਨ ਫ੍ਰੀ ਹੋ ਜੂਗੀ ਘਰ ਤੋਂ ਕੋਈ ਦਿੱਕਤ ਨਹੀਂ ਆਊਗੀ ਕਦੇ ਤੇ ਦੂਜੀ ਗੱਲ ਹੈ ਇੰਡੀਪੈਂਡੈਂਟ ਹੋਣਾ ਅੱਜ ਦੀ ਡੇਟ 'ਚ ਬਹੁਤ ਜ਼ਰੂਰੀ ਹੈ ਇੱਕ ਬੰਦਾ ਸਾਰੇ ਕੰਮ ਨਹੀਂ ਕਰ ਸਕਦਾ ਤੇ ਆਪਾਂ ਮੈਡਮ ਨੂੰ ਉਸ ਲੈਵਲ 'ਤੇ ਤਿਆਰ ਕਰ ਰਹੇ ਹਾਂ ਵੀ ਸਾਰੇ ਕੰਮ ਆਪ ਜਿੰਨੇ ਲੈਵਲ ਤੱਕ ਕਰ ਸਕਦੀ ਹੈ ਆਪ ਕਰ ਰਾਈਟ ਠੀਕ ਹੈ ਸਰ ਜੀ ਮਾਈ ਕੰਫੀਡੈਂਸ ਇਜ਼ ਨਾਓ ਔਨ ਦਾ ਪੀਕ ਜਿਵੇਂ ਜਿਵੇਂ ਆਪਾਂ ਚਲਾਉਂਦੇ ਆ ਨਾ ਆਬਵੀਅਸਲੀ ਹੱਥ ਆਪਣਾ ਖੁੱਲਦਾ ਜਾਂਦਾ ਹੈ ਹਾਂ ਮਤਲਬ ਆਪ ਹੋਰ ਨਵੀਂ ਚੀਜ਼ ਦਾ ਪਤਾ ਲੱਗਦਾ ਰਹਿੰਦਾ ਹੈ ਚਾਹੇ ਥੋੜਾ ਟਾਈਮ ਚਲਾਵੇ ਜਿਵੇਂ ਰਸਤਾ ਅੱਧੇ ਰਸਤੇ ਤੱਕ ਚਲਾ ਲਈ ਉਨਾ ਵੀ ਬਹੁਤ ਹੈ ਵੱਧ ਤੋਂ ਵੱਧ ਕੋਸ਼ਿਸ਼ ਕਰੋ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਚਲਾ ਸਕੋ ਉਨਾ ਜ਼ਿਆਦਾ ਵਧੀਆ ਹੋਰ ਸੁਣਾਓ ਜੀ ਠੀਕ ਠਾਕ ਹੋ ਸਾਰੇ ਵਧੀਆ ਸਬਸਕ੍ਰਾਈਬ ਕਰ ਲਿਓ ਜਿਹੜੇ ਇੱਥੇ ਤੱਕ ਬਲੌਗ ਦੇਖਦੇ ਪਹੁੰਚ ਗਏ ਆ ਸੋ ਹੁਣ ਜਾ ਕੇ ਕਰਨੀ ਆਪਾਂ ਨੇ ਸਪਰੇ ਕੱਪੜੇ ਖੋਲ ਕੇ ਫਟਾਫਟ ਚੇਂਜ ਕਰਕੇ ਕੰਮ ਨਿਬੇੜਨੇ ਆ ਤੇ ਨਵਪ੍ਰੀਤ ਨੂੰ ਵੀ ਬਹੁਤ ਸਾਰੇ ਕੰਮ ਹੈ ਕਿਉਂਕਿ ਸਾਡੇ ਮੰਮੀ ਨੇ ਕਰਾਇਆ ਅੱਖ ਦਾ ਆਪਰੇਸ਼ਨ ਤਾਂ ਕਰਕੇ ਮੰਮੀ ਰੈਸਟ 'ਤੇ ਹੈ ਅਸੀਂ ਦੋਨੇ ਜਣੇ ਔਨ ਡਿਊਟੀ ਹੈ ਠੀਕ ਹੈ ਜੀ ਚਲੋ ਹੁਣ ਚੱਲੀਏ ਘਰ ਨੂੰ ਸੋ ਚੰਡੀਗੜ੍ਹ ਯੂਨੀਵਰਸਿਟੀ ਆ ਗਈ ਜੀ ਸਮਝ ਲਓ ਆਪਣਾ ਘਰ ਆ ਗਿਆ ਇਹ ਮੇਰਾ ਡਾਇਲੋਗ ਹਰੇਕ ਵੀਡੀਓ 'ਚ ਹੁੰਦਾ ਕਿਉਂਕਿ ਇਹ ਆਪਣੇ ਘਰ ਤੋਂ ਸਿਰਫ ਔਰ ਸਿਰਫ 1 ਕਿਲੋਮੀਟਰ ਦੀ ਦੂਰੀ 'ਤੇ ਹੈ ਜੀ ਅਸੀਂ ਬਸ ਘਰ ਪਹੁੰਚਣ 'ਚ 2 ਮਿੰਟ ਬਾਕੀ ਹੈ ਸੋ ਅੱਜ ਸਾਡੇ ਕੋਲ ਘਰ ਜਾ ਕੇ ਬਿਲਕੁਲ ਵੀ ਟਾਈਮ ਨਹੀਂ ਹੈਗਾ ਬਲੌਗ ਨੂੰ ਐਂਡ ਕਰਨ ਦਾ ਕਿਉਂਕਿ ਜਨਾਬ ਨੇ ਜਾਣਾ ਹੈ ਸਪਰੇਅ ਕਰਨ ਅਤੇ ਮੈਂ ਕਰਨੇ ਆ ਕੰਮ ਆਪਣੇ ਸੋ ਜੇ ਫਿਰ ਅਸੀਂ ਹੋਰ ਲੇਟ ਹੋ ਗਏ ਫਿਰ ਸਾਡੀ ਕਲਾਸ ਲੱਗ ਸਕਦੀ ਹੈ ਕਿਉਂ ਜਨਾਬ ਹਾਂਜੀ ਹਾਂਜੀ ਖਾਸ ਕਰਕੇ ਮੇਰੀ ਛੇਤੀ ਲੱਗੂਗੀ ਤੈਂ ਤਾਂ ਬਚ ਜਾਣਾ ਘਰੇ ਰਹਿ ਕੇ ਸੋ ਓਕੇ ਜੀ ਜੇ ਤੁਹਾਨੂੰ ਸਾਡੇ ਬਲੌਗ ਵਧੀਆ ਲੱਗਦੇ ਆ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਇਸ ਵਾਰ ਇੱਕ ਗੱਲ ਹੋਰ ਕਹੂੰਗਾ ਤਾਂ ਸਾਡੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਅੱਗੇ ਹੋਰ ਬੰਦੇ ਦੇਖ ਕੇ ਸਾਡੇ ਚੈਨਲ ਬਲੌਗ ਨੂੰ ਹੋਰ ਦੇਖ ਕੇ ਲੋਕ ਸਬਸਕ੍ਰਾਈਬ ਕਰਨ ਬਹੁਤ ਜ਼ਿਆਦਾ ਲੋੜ ਹੈ ਸਬਸਕ੍ਰਿਪਸ਼ਨ ਦੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤਾਂ ਕਿ ਸਾਡੀ ਮੋਟੀਵੇਸ਼ਨ ਵੀ ਬਣੀ ਰਹੇ ਔਰ ਦੂਸਰੀ ਗੱਲ ਸਾਨੂੰ ਵਧੀਆ ਲੱਗਦਾ ਰਹੇ ਵੀ ਅਸੀਂ ਵਧੀਆ ਚੱਲ ਰਹੇ ਹਾਂ ਜੇ ਤੁਹਾਨੂੰ ਸਾਡੇ ਬਲੌਗ ਵਧੀਆ ਲੱਗਦੇ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਐਂਡ ਸ਼ੇਅਰ ਵੀ ਕਰਦੇ ਕਰੋ ਆਪਣੇ ਗਰੁੱਪਸ ਵਿੱਚ ਕਮੈਂਟ ਐਂਡ ਲਾਈਕ ਵੀ ਕਰ ਦਿਓ ਤੇ ਇੱਕ ਜਣੇ ਦੀ ਡਿਮਾਂਡ ਆਈ ਹੋਈ ਆ ਕਿ ਆਪਾਂ ਨੂੰ ਵਿਆਹ ਦੇ ਸ਼ਾਰਟਸ ਵਾਲਾ ਬਲੌਗ ਬਣਾ ਕੇ ਦਿਓ ਉਹ ਅਸੀਂ ਆਉਣ ਵਾਲੇ ਜਲਦੀ ਅਪਲੋਡ ਕਰੂੰਗੇ ਹਾਂ ਆਉਣ ਵਾਲੇ 1 ਤੋਂ 2 ਵੀਕਸ 'ਚ ਕਰ ਦਾਂਗੇ ਕਿਉਂਕਿ ਜਿੱਦਣ ਛੁੱਟੀ ਹੋਈ ਜਾਂ ਜਿੱਦਣ ਮੈਡਮ ਕੋਲ ਟਾਈਮ ਹੋਇਆ ਉਦਣ ਬਣਾ ਕੇ ਫਿਰ ਅਸੀਂ ਕਰ ਦਾਂਗੇ ਸੋ ਓਕੇ ਜੀ ਉਦੋਂ ਤੱਕ ਸਾਨੂੰ ਦੋ ਇਜਾਜ਼ਤ ਰੱਬ ਰੱਖਾ